ਗੁਆਂਢੀ ਮੁਲਕ ਪਾਕਿਸਤਾਨ ਜਿਸ ਦਾ ਪ੍ਰਧਾਨ ਮੰਤਰੀ ਇਮਰਾਨ ਖਾਨ ਨਵਾਂ ਪਾਕਿਸਤਾਨ ਬਣਾਉਣ ਅਤੇ ਉਸ ਨਵੇਂ ਪਾਕਿਸਤਾਨ 'ਚ ਹਰ ਧਰਮ ਅਤੇ ਜ਼ਾਤ ਦੇ ਲੋਕਾਂ ਦੀ ਬਰਾਬਰੀ ਦੀ ਗੱਲ ਕਰਦਾ ਹੈ ਪਰ ਇਹ ਬਰਾਬਰੀ ਸਿਰਫ ਇਮਰਾਨ ਖਾਨ ਦੇ ਦਾਅਵਿਆਂ ਵਿੱਚ ਹੀ ਹੈ ਤੇ ਸੱਚਾਈ ਨਾਲ ਇਸ ਦਾ ਦੂਰ ਦੂਰ ਤੱਕ ਕੋਈ ਵਾਹ ਵਾਸਤਾ ਨਹੀਂ ਹੈ ਇਸੇ ਪਾਕਿਸਤਾਨ ਵਿੱਚ ਆਏ ਦਿਨ ਘੱਟ ਗਿਣਤੀਆਂ ਯਾਨੀ ਹਿੰਦੂ ਅਤੇ ਸਿੱਖ ਪਰਿਵਾਰਾਂ ਦੀਆਂ ਲੜਕੀਆਂ ਅਗਵਾ ਕੀਤੀਆਂ ਜਾ ਰਹੀਆਂ ਨੇ ਅਤੇ ਅਗਵਾ ਕਰ ਰਹੇ ਨੇ ਇਸ ਦੇਸ਼ ਦੀ ਬਹੁ ਗਿਣਤੀ ਦੇ ਨੌਜਵਾਨ ਯਾਨੀ ਮੁਸਲਿਮ ਲੜਕੇ ਹੁਣ ਪਾਕਿਸਤਾਨ ਤੋਂ ਇੱਕ ਅਜਿਹੀ ਹੀ ਹੋਰ ਘਟਨਾ ਸਾਹਮਣੇ ਆਈ ਹੈ ਜਿੱਥੇ ਪਾਕਿਸਤਾਨ ਦੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਗ੍ਰੰਥੀ ਸਰਦਾਰ ਪ੍ਰੀਤਮ ਸਿੰਘ ਦੀ ਧੀ ਬੁਲਬੁਲ ਕੌਰ ਜਿਸ ਦੀ ਉਮਰ ਕਰੀਬ 17 ਸਾਲ ਹੈ ਉਸ ਨੂੰ ਕਰੀਬ 15 ਦਿਨ ਪਹਿਲਾਂ ਦੋ ਮੁਸਲਿਮ ਵਿਅਕਤੀਆਂ ਨੇ ਅਗਵਾ ਕਰ ਲਿਆ ਸੀ ਲੜਕੀ ਦੇ ਅਗਵਾ ਹੋਣ ਤੋਂ ਕਰੀਬ 15 ਦਿਨ ਬਾਅਦ ਵੀ ਉਸ ਬਾਰੇ ਕੋਈ ਖਬਰ ਨਹੀਂ ਹੈ ਪਰਿਵਾਰ ਪਰੇਸ਼ਾਨ ਹੈ ਅਤੇ ਪਰਿਵਾਰ ਨੂੰ ਖਦਸ਼ਾ ਹੈ ਕਿ ਉਹਨਾਂ ਦੀ ਲੜਕੀ ਨੂੰ ਵੀ ਜਗਜੀਤ ਕੌਰ ਵਾਂਗ ਜ਼ਬਰਨ ਧਰਮ ਪਰਿਵਰਤਨ ਅਤੇ ਨਿਕਾਹ ਲਈ ਮਜਬੂਰ ਕੀਤਾ ਹੋਵੇਗਾ ਬੁਲਬੁਲ ਕੌਰ ਸਿੱਖ ਪਰਿਵਾਰ ਨਾਲ ਸੰਬੰਧਿਤ ਹੈ ਅਤੇ ਪਰਿਵਾਰ ਮੁਤਾਬਿਕ ਉਹ ਧਾਰਮਿਕ ਸੋਚ ਦੀ ਧਾਰਨੀ ਹੈ ਇਸ ਬਾਰੇ DSGMC ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਉਹਨਾਂ ਇਹ ਮਾਮਲਾ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੇ ਧਿਆਨ ਵਿੱਚ ਲਿਆਂਦਾ ਹੈ ਅਤੇ ਅਪੀਲ ਕੀਤੀ ਹੈ ਕਿ ਇਸ ਸੰਬੰਧੀ ਪਾਕਿਸਤਾਨ ਸਰਕਾਰ ਨਾਲ ਗੱਲ ਕੀਤੀ ਜਾਵੇ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਨਾਲ ਸੰਬੰਧਿਤ ਕਿਸੇ ਲੜਕੀ ਨੂੰ ਮੁਸਲਿਮ ਲੜਕੀਆਂ ਵੱਲੋਂ ਅਗਵਾ ਕੀਤੇ ਜਾਣ ਦਾ ਕੋਈ ਇਹ ਪਹਿਲਾ ਮਾਮਲਾ ਨਹੀਂ ਹੈ ਹਾਲੇ ਕੁਝ ਦਿਨ ਪਹਿਲਾਂ ਹੀ ਪਾਕਿਸਤਾਨ ਦੇ ਸਿੰਧ ਸੂਬੇ ਦੇ ਜ਼ਿਲ੍ਹੇ ਖੈਰਪੁਰ ਦੇ ਖੋਰੀ 'ਚ ਇੱਕ ਮੁਸਲਿਮ ਲੜਕੇ ਨੇ 14 ਸਾਲਾ ਹਿੰਦੂ ਲੜਕੀ ਪ੍ਰੀਸ਼ਾ ਕੁਮਾਰੀ ਨੂੰ ਦਿਨ ਦਿਹਾੜੇ ਅਗਵਾ ਕਰ ਲਿਆ ਸੀ ਅਗਵਾ ਕਰ ਹਿੰਦੂ ਲੜਕੀ ਦਾ ਧਰਮ ਪਰਿਵਰਤਨ ਕਰਵਾਇਆ ਗਿਆ ਅਤੇ ਫਿਰ ਉਸ ਨਾਲ ਵਿਆਹ ਕਰਵਾਇਆ ਪ੍ਰੀਸ਼ਾ 9ਵੀਂ ਜਮਾਤ ਦੀ ਵਿਦਿਆਰਥਣ ਹੈ ਇਸ ਮਾਮਲੇ 'ਚ ਜਦੋਂ ਪ੍ਰੀਸ਼ਾ ਦੇ ਪਰਿਵਾਰ ਨੇ FIR ਦਰਜ ਕਰਵਾਉਣੀ ਚਾਹੀ ਤਾਂ ਪੁਲਿਸ FIR ਦਰਜ ਕਰਨ ਤੋਂ ਵੀ ਟਾਲਾ ਵੜਦੀ ਰਹੀ ਸੀ ਪਰ ਫਿਰ ਹਿੰਦੂ ਭਾਈਚਾਰੇ ਨੇ ਚਾਰਾਜੋਈ ਕਰਕੇ FIR ਦਰਜ ਕਰਵਾਈ ਸੀ ਪਰ FIR ਦਰਜ ਕਰਨ ਤੋਂ ਬਾਅਦ ਵੀ ਪੁਲਿਸ ਨੇ ਕੋਈ ਕਾਰਵਾਈ ਕਰਨੀ ਜ਼ਰੂਰੀ ਨਹੀਂ ਸਮਝੀ ਸੋ ਹੁਣ ਖਦਸ਼ਾ ਹੈ ਕਿ ਗੁਰਦੁਆਰਾ ਪੰਜਾ ਸਾਹਿਬ ਦੇ ਗ੍ਰੰਥੀ ਪ੍ਰੀਤਮ ਸਿੰਘ ਦੀ ਧੀ ਨਾਲ ਵੀ ਉਹੀ ਹੋਵੇਗਾ ਜੋ ਪਾਕਿਸਤਾਨ ਵਿੱਚ ਹਰ ਘੱਟ ਗਿਣਤੀ ਨਾਲ ਸੰਬੰਧਿਤ ਲੜਕੀ ਦੇ ਅਗਵਾ ਹੋਣ ਤੋਂ ਬਾਅਦ ਹੁੰਦਾ ਸਾਹਮਣੇ ਆਵੇਗਾ ਇੱਕ ਹਲਫਨਾਮਾ ਜਿਸ ਵਿੱਚ ਲੜਕੀ ਨੂੰ ਬਾਲਗ ਦੱਸਿਆ ਜਾਵੇਗਾ ਅਤੇ ਕਿਹਾ ਜਾਵੇਗਾ ਕਿ ਲੜਕੀ ਦੀ ਉਮਰ 18 ਸਾਲ ਹੈ ਅਤੇ ਉਸਨੇ ਆਪਣੀ ਮਰਜ਼ੀ ਨਾਲ ਇਸਲਾਮ ਕਬੂਲ ਕੀਤਾ ਪਰ ਪਰਿਵਾਰ ਦੇ ਦੱਸਣ ਮੁਤਾਬਿਕ ਲੜਕੀ ਦੀ ਉਮਰ ਫਿਲਹਾਲ 17 ਸਾਲ ਹੈ ਇਹ ਪਰਿਵਾਰ ਵੀ ਉਸੇ ਤਰ੍ਹਾਂ ਖੱਜਲ ਖੁਆਰ ਹੋ ਰਿਹਾ ਜੋ ਪਾਕਿਸਤਾਨ ਵਿੱਚ ਪਹਿਲਾਂ ਵੀ ਇੱਕ ਹਿੰਦੂ ਅਤੇ ਸਿੱਖ ਲੜਕੀਆਂ ਦੇ ਪਰਿਵਾਰ ਹੋ ਚੁੱਕੇ ਨੇ ਜੇਕਰ ਅਗਵਾ ਕਰਨ ਤੋਂ ਬਾਅਦ ਧਰਮ ਪਰਿਵਰਤਨ ਅਤੇ ਨਿਕਾਹ ਦੀ ਗੱਲ ਸੱਚੀ ਹੁੰਦੀ ਹੈ ਤਾਂ ਇੱਕ ਹੋਰ ਸਿੱਖ ਪਰਿਵਾਰ ਵੱਲੋਂ ਆਪਣੀ ਧੀ ਨੂੰ ਅਦਾਲਤ ਵਿੱਚ ਨਾਬਾਲਿਗ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਪਾਕਿਸਤਾਨ 'ਚ ਕਿਸੇ ਵੀ ਮੁਸਲਿਮ ਲੜਕੇ ਵੱਲੋਂ ਘੱਟ ਗਿਣਤੀ ਨਾਲ ਸੰਬੰਧਿਤ ਲੜਕੀ ਨਾਲ ਅਜਿਹਾ ਕਰਨ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਇਸ ਤੋਂ ਪਹਿਲਾਂ ਪ੍ਰੀਸ਼ਾ ਕੁਮਾਰੀ ਜਗਜੀਤ ਕੌਰ ਅਤੇ ਅਨੇਕਾਂ ਹੋਰਨਾਂ ਲੜਕੀਆਂ ਨਾਲ ਅਜਿਹਾ ਹੋ ਚੁੱਕਿਆ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਉਸ ਦਾਅਵੇ ਦੀ ਪੋਲ ਇੱਕ ਵਾਰ ਫਿਰ ਖੁੱਲ੍ਹ ਗਈ ਹੈ ਜਿਸ ਵਿੱਚ ਉਹ ਨਵੇਂ ਪਾਕਿਸਤਾਨ 'ਚ ਸਾਰੇ ਧਰਮਾਂ ਅਤੇ ਜਾਤਾਂ ਦੇ ਲੋਕਾਂ ਨੂੰ ਬਰਾਬਰ ਦਾ ਹੱਕ ਦੇਣ ਦੀ ਗੱਲ ਆਖਦੇ ਨੇ ਪਰ ਪਾਕਿਸਤਾਨ 'ਚ ਬਹੁ ਗਿਣਤੀ ਦੇ ਲੋਕ ਘੱਟ ਗਿਣਤੀ ਲੋਕਾਂ 'ਤੇ ਅਤਿਆਚਾਰ ਕਰਨ 'ਚ ਲੱਗੇ ਹੋਏ ਨੇ ਬਿਊਰੋ ਰਿਪੋਰਟ ਵਰਲਡ ਪੰਜਾਬੀ TV